ਇਹ ਕਿਤਾਬ ਦੀ ਰਸਮ ਹੈ ਆਪਾਂ ਰਿਲੀਜ਼ ਕਰਨੀ ਹੈ। ਮੈਂ ਬੇਨਤੀ ਕਰਦਾ ਸਾਡੇ SDO ਬਲਦੇਵ ਸਿੰਘ ਜੀ, ਕਿਉਂਕਿ ਉਹ ਮਸਤੋਣਾ ਸਾਹਿਬ ਮੈਨੇਜਮੈਂਟ ਦੇ ਸੀਨੀਅਰ ਵੀ ਰਹੇ ਨੇ, ਮਾਸਟਰ ਅਮਰਜੀਤ ਸਿੰਘ ਜੀ, ਬਲਦੇਵ ਸਿੰਘ ਜੀ, ਮੈਂ ਬੇਨਤੀ ਕਰਦਾ, ਕਿਉਂਕਿ ਸੋਹੀ ਸਾਹਿਬ ਚਲੇ ਗਏ ਜੀ, ਹੈਗੇ ਜੀ, ਸੋਹੀ ਸਾਹਿਬ ਨੂੰ ਵੀ ਬੁਲਾ ਲਓ। ਅਤੇ ਇਹ ਜਿਹੜੀ ਕਿਤਾਬ ਹੈ ਆਪਾਂ ਕੈਨੇਡਾ ਦੀ ਧਰਤੀ 'ਤੇ ਇਹ ਅੱਜ ਰਿਲੀਜ਼ ਕਰਨੀ ਹੈ। ਨੈਕਸਟ ਕਿਤਾਬਾਂ ਆਪਾਂ ਆ ਜਾਣਗੀਆਂ ਅਤੇ ਉਹ ਅੱਗੇ ਆਪਾਂ ਲਾਇਬ੍ਰੇਰੀਆਂ ਦੇ ਵਿੱਚ ਦੇਵਾਂਗੇ। ਉਹ ਪੁਰਾਣੇ ਜਿਹੜੇ ਤੱਥ ਨੇ ਇਹਦੇ ਵਿੱਚ ਸਾਰੇ ਲਿਖੇ ਨੇ, ਕਿਵੇਂ ਆਪਣਾ ਜਿਵੇਂ ਕਹਿ ਲਈਏ ਵੀ ਸੰਗਰੂਰ ਵਾਲਿਆਂ ਦਾ ਕਿੱਡਾ ਵੱਡਾ ਇਹ ਆਪਣਾ ਸੰਗਰੂਰ ਵਾਲਿਆਂ ਦੇ ਵਾਸਤੇ ਮਾਣ ਵਾਲੀ ਗੱਲ ਹੋ ਗਈ। ਇੱਕ ਸੰਤ ਬਾਬਾ ਬਹਾਦਰ ਸਿੰਘ ਜੀ ਮਸਤੋਣਾ ਸਾਹਿਬ ਵਾਲੇ, ਇਹ ਹੁਣ ਸਕੂਲਾਂ ਦੇ ਅਕਾਲ ਕਾਲਜ ਕੌਂਸਲ ਵੱਲੋਂ ਇਹ ਕਿਤਾਬ ਪ੍ਰਕਾਸ਼ਿਤ ਹੋਈ ਹੈ, ਪਿਛਲੇ 2 ਕੁ ਮਹੀਨੇ ਹੋ ਗਏ। ਜਿਹੜੀ ਮਸਤੋਣਾ ਸਾਹਿਬ ਜਿੰਨੀਆਂ ਐਜੂਕੇਸ਼ਨ ਇੰਸਟੀਚਿਊਟ ਚੱਲ ਰਹੀਆਂ ਨੇ ਉਹਨਾਂ ਸਾਰਿਆਂ ਵਿੱਚ ਬੱਚਿਆਂ ਨੂੰ ਇਹ ਕਿਤਾਬ ਲਗਾਈ ਗਈ ਹੈ। ਇਹ ਕਿਤਾਬ ਦੀ ਆਪਾਂ ਸ਼ੁਰੂਆਤ, ਆ ਜਾਓ ਮਾਨ ਸਾਹਿਬ, ਆ ਜਾਓ ਜੀ, ਆ ਜਾਓ ਸਾਰੇ। ਬੋਲੇ ਸੋਨਿਹਾਲ, ਮੈਂ 2 ਸ਼ਬਦ ਇਸ ਬਾਰੇ ਮੈਂ ਬਲਦੇਵ ਸਿੰਘ ਜੀ ਨੂੰ ਬੇਨਤੀ ਕਰਦਾ, ਉਹ 2 ਸ਼ਬਦ ਜ਼ਰੂਰ ਸਾਂਝੇ ਕਰਨੇ। ਥੋੜ੍ਹੇ ਨੇੜੇ ਲਾ ਲਓ ਮਾਈਕ। ਤੁਹਾਨੂੰ ਅੱਜ ਬਹੁਤ ਖੁਸ਼ੀ ਹੋਈ ਹੈ ਕਿ ਅੱਜ ਆਪਾਂ ਸਾਰੇ ਸਰੂਰ ਇਲਾਕੇ ਦੇ ਬੰਦੇ ਇਕੱਠੇ ਹੋਏ ਹਾਂ ਅਤੇ ਜਿਹਦੇ ਵਿੱਚ ਆਪਾਂ ਇੱਕ ਦੂਜੇ ਨੂੰ ਜਿਹੜੇ ਬਹੁਤ ਪਹਿਲਾਂ ਮਿਲੇ ਸੀ ਅਤੇ ਅੱਜ ਉਹਨਾਂ ਦੁਬਾਰੇ ਫਿਰ ਮੁਲਾਕਾਤ ਹੋਈ ਹੈ। ਇਸ ਕਰਕੇ ਆਪਾਂ ਸਾਰਿਆਂ ਨੂੰ ਮੈਂ ਧੰਨਵਾਦ, ਜਿਹੜੇ ਪ੍ਰਬੰਧਕ ਨੇ ਉਹਨਾਂ ਦਾ ਧੰਨਵਾਦ ਕਰਨਾ ਅਤੇ ਉਹਨਾਂ ਨੇ ਸਾਨੂੰ ਇਕੱਠੇ ਕੀਤਾ ਅਤੇ ਅਸੀਂ ਆਸ ਕਰਦੇ ਹਾਂ ਕਿ ਆਪਾਂ ਆਏ ਸਾਲ ਜਿਹੜੇ ਪ੍ਰਬੰਧਕ ਨੇ ਮੈਂ ਧੰਨਵਾਦ ਕਰਦਾ, ਅਸੀਂ ਅੱਜ ਸਾਰੇ ਇਕੱਠੇ ਕੀਤੇ ਹਾਂ। ਬਾਕੀ ਅੱਜ ਜਿਹੜੀ ਕਿਤਾਬ ਇਸ਼ੂ ਕਰ ਰਹੇ ਹਾਂ ਅਸੀਂ ਕਿ ਸੰਤ ਬਾਬਾ ਅਤਰ ਸਿੰਘ ਜੀ 1911 ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਰਕੋਲ ਸਾਹਿਬ ਵਾਲੇ ਉਹਨਾਂ ਦੀ ਹੈ। ਉਹਨਾਂ ਦਾ ਦੇਣ ਕੋਈ ਵੀ ਨਹੀਂ ਪੂਰਾ ਕਰ ਸਕਦਾ ਜੋ ਉਹਨਾਂ ਨੇ ਸਾਨੂੰ ਦਿੱਤਾ। ਅਸੀਂ ਜਿਹੜੇ ਖੜ੍ਹੇ ਹਾਂ ਵਿੱਚ ਕਈ ਬੰਦੇ ਬਹੁਤ ਇੱਥੇ ਤੋਂ ਸਿੱਖਿਆ ਲਈ, ਸਿੱਖਿਆ ਲੈ ਕੇ ਅਸੀਂ ਬਹੁਤ ਚੰਗੀਆਂ ਪਰਜਾ 'ਤੇ ਪਹੁੰਚੇ ਹਾਂ। ਉਹਨਾਂ ਦੇ ਕਾਰਨ ਹੀ ਸਿੱਖਿਆ ਲੈ ਕੇ ਅਸੀਂ ਤੁਹਾਡੇ ਇੱਥੇ ਬੁਰੇ ਇਕੱਠੇ ਹੋਏ ਹਾਂ। ਇਸ ਕਰਕੇ ਅਸੀਂ ਉਹਨੂੰ ਹਰ ਹਮੇਸ਼ਾ ਯਾਦ ਰੱਖਦੇ ਹਾਂ ਅਤੇ ਉਹਨਾਂ ਦੀਆਂ ਜੇ ਗੱਲਾਂ ਕਰਨ ਲੱਗੀਏ ਜਾਂ ਉਹਨਾਂ ਜੀਵਨ ਬਾਰੇ ਕੱਲ੍ਹ ਚੱਲਣ ਲੱਗੀਏ ਬਹੁਤ ਟਾਈਮ ਲੱਗ ਜਾਊਗਾ। ਸਿੱਖਿਆ ਦਾ ਲੰਗਰ ਖੋਲ੍ਹਿਆ, ਦੂਜੇ ਨੰਬਰ 'ਤੇ ਸਿੱਖੀ ਪੈਦਾ ਕਰੀ ਅਤੇ ਸਿੱਖਿਆ ਜਿਹੜੀ ਉਹਨਾਂ ਨੇ ਪੈਦਾ ਕੀਤੀ ਹੈ ਉਹ ਸਾਨੂੰ ਪਤਾ ਹੈ। ਕਿੰਨੇ ਲੱਖ ਬੰਦਿਆਂ ਨੂੰ ਉਹਨਾਂ ਨੇ ਅੰਮ੍ਰਿਤ ਛਕਾਇਆ। ਮੈਂ ਉਹਨਾਂ ਦੇ ਜੀਵਨ ਦੇ ਵਿੱਚੋਂ ਇੱਕ ਛੋਟੀ ਜਿਹੀ ਵਾਰਤਾ ਸੁਣਾਉਣ ਲੱਗਿਆ। ਹਜ਼ੂਰ ਸਾਹਿਬ ਜਦੋਂ ਗਏ ਉਹ ਤਾਂ ਉਹਨਾਂ ਨੇ ਇੱਕ ਚਿਹਰਾ ਪਾਇਆ ਸੀ ਔਰ ਇੱਕ ਕੰਬਲੀ ਲਈ ਹੋਈ ਸੀ। ਸੋ ਇਸ ਕਰਕੇ ਚਲੋ ਉਸ ਵੇਲੇ ਕੀ ਜਿਹੜਾ ਉੱਥੇ ਆਪਣਾ ਤਖ਼ਤ ਸੀਗਾ ਉਹਦੇ ਵਿੱਚ ਅੰਦਰ ਉਸ ਬੰਦੇ ਨੂੰ ਜਾਣ ਦਿੰਦੇ ਸੀ ਜਿਹਦਾ ਅੰਮ੍ਰਿਤ ਛਕਿਆ ਹੁੰਦਾ ਸੀ ਅਤੇ ਉਹ ਬਾਅਦ 'ਚ ਖੜ੍ਹ ਗਏ। ਜਿਹੜਾ ਪਹਿਲੇ ਦਾਸੀ ਨੂੰ ਅੰਦਰ ਨਾ ਜਾਣ ਦਿੱਤਾ ਤਾਂ ਉਹ ਕਹਿਣ ਲੱਗੇ ਕਹੀਂ ਤੁਹਾਡਾ ਅੰਮ੍ਰਿਤ ਨਹੀਂ ਛਕਿਆ ਹੋਇਆ। ਫਿਰ ਉਸਦਾ ਪੁਜਾਰੀ ਸੀ ਉਹ ਆਇਆ
ਕਹਿੰਦਾ ਜੀ ਤੁਸੀਂ ਅੰਮ੍ਰਿਤ ਨਹੀਂ ਛਕਿਆ ਤਾਂ ਨਹੀਂ ਤੁਸੀਂ ਅੰਦਰ ਜਾ ਸਕਦੇ। ਉਹ ਕਹਿੰਦਾ ਮੇਰਾ ਅੰਮ੍ਰਿਤ ਛਕਿਆ ਹੋਇਆ, ਪਰ ਕਹਿੰਦੇ ਕੋਈ ਵਗਿਆ, ਕਹਿੰਦਾ ਮੈਂ ਨਹੀਂ ਕਹਿ ਸਕਦਾ ਕੋਈ ਹੋਈ ਹੋਵੇ। ਉਹਨਾਂ ਨੇ ਫਿਰ ਉਹਨੂੰ ਅੰਦਰ ਲੈ ਗਏ, ਪਰਿਕਰਮਾ ਕੀਤੀ, ਔਰ ਉਸ ਪੁਜਾਰੀ ਨੇ ਉਹ ਪਛਾਣ ਲਿਆ ਵੀ ਕੋਈ ਸੰਤ ਮਹਾਰਾਜ ਆ ਕੋਈ। ਉਹਨਾਂ ਨੇ ਫਿਰ ਆਪਣੇ ਕੋਲ ਜਿੱਥੇ ਉਹਨੇ ਰਿਹਾਇਸ਼ ਸੀ ਉੱਥੇ ਰੱਖਿਆ। ਕੁਛ ਦਿਨ ਬਾਅਦ ਉੱਥੋਂ ਛੱਡ ਕੇ ਉਹ ਗੋਦਾਵਰੀ ਚਲੇ ਗਏ। ਗੋਦਾਵਰੀ ਦੇ ਵਿੱਚ ਬੈਠੇ ਨੇ, 6-7 ਦਿਨ ਨਿਕਲ ਗਏ ਤਾਂ ਉਹਨਾਂ ਨੇ ਕੋਈ ਲੰਗਰ ਨਹੀਂ ਛਕਿਆ, ਕੁਛ ਨਹੀਂ ਛਕਿਆ, ਔਰ ਜਪਜੀ ਸਾਹਿਬ ਦੇ ਪਾਠ 'ਚ ਲੱਗੇ ਰਹੇ। ਰਾਤ ਨੂੰ ਜਿਹੜਾ ਪੁਜਾਰੀ ਜੀ, ਗੁਰੂ ਮਹਾਰਾਜ ਨੇ ਹੁਕਮ ਕੀਤਾ ਕਿ ਵੀ ਮੇਰਾ ਇੱਕ ਸੇਵਕ ਉੱਥੇ ਗੋਦਾਵਰੀ ਵਿੱਚ ਬੈਠਾ ਅਤੇ ਤੂੰ ਉਹਨੂੰ ਪ੍ਰਸ਼ਾਦਾ ਛਕਾ ਕੇ ਆ। ਤਾਂ ਜਿਸ ਵੇਲੇ ਉਹ ਉੱਥੇ ਗਏ, ਉਹਨੂੰ ਨਹੀਂ ਲੱਭਿਆ ਅਤੇ ਉਹ ਗੇੜਾ ਦੇ ਕੇ ਮੁੜਾਇਆ। ਫਿਰ ਰਾਤ ਨੂੰ ਫਿਰ ਉਪਰੋਂ ਹੁਕਮ ਹੋਇਆ ਕਿ ਵੀ ਤੂੰ ਐਸਾ ਕਰ, ਆਹ ਜਿਹੜਾ ਤਾਰਾ ਹੈ ਇਹ ਤਾਰੇ ਸਿਰ ਚਲਾ ਜਾਈ ਅਤੇ ਤੈਨੂੰ ਉੱਥੇ ਜਾ ਕੇ ਲੱਭ ਜਾਣਗੇ। ਅਤੇ ਉੱਥੇ ਗਿਆ ਤਾਂ ਗੁਰੂ ਮਹਾਰਾਜ ਉੱਥੇ ਬੈਠੇ ਸੀਗੇ। ਤਾਂ ਉਹਨਾਂ ਨੂੰ ਕਿਹਾ, ਅਖੀਰ ਦੇ ਵਿੱਚ ਜਦੋਂ ਉਹਨੇ ਕਿਹਾ ਵੀ ਉਹਨੂੰ ਹੁਕਮ ਆਇਆ ਵੀ ਤੈਨੂੰ ਪ੍ਰਸ਼ਾਦਾ ਛਕਾਉਣਾ, ਤੈਨੂੰ ਪ੍ਰਸ਼ਾਦਾ ਛਕਿਆ। ਉਸ ਤੋਂ ਬਾਅਦ ਉਹਨਾਂ ਨੂੰ ਗਿਆਨ ਹੋਇਆ ਕਿ ਵੀ ਤੂੰ ਪੰਜਾਬ ਜਾ ਕੇ ਉੱਥੇ ਸਿੱਖੀ ਦਾ ਪ੍ਰਚਾਰ ਕਰ ਅਤੇ ਨਾਲ ਵਿੱਦਿਆ ਦਾ ਪ੍ਰਚਾਰ ਕਰ। ਉੱਥੋਂ ਆ ਕੇ ਉਹਨਾਂ ਨੇ ਮਸਤਮਾਣਾ ਸਾਹਿਬ, ਇਹ ਬਹੁਤ ਲੰਬੀ ਕਹਾਣੀ ਹੈ, ਅਤੇ ਮਸਤਮਾਣਾ ਸਾਹਿਬ ਆਏ ਅਤੇ ਉੱਥੇ ਆ ਕੇ ਉਹਨਾਂ ਨੇ ਮਤਲਬ ਹੈ ਗੁਰੂ ਸਿੱਖੀ ਸ਼ੁਰੂ ਕੀਤੀ ਅਤੇ ਨਾਲ ਐਜੂਕੇਸ਼ਨ ਸ਼ੁਰੂ ਕੀਤੀ। ਪਹਿਲਾ ਕਾਲਜ ਸਾਡੇ ਮਸਤਮਾਣਾ ਸਾਹਿਬ ਬਣਿਆ ਸੀ, ਜਦੋਂ ਕਿ ਉੱਥੇ ਨਾ ਸੰਗਰੂਰ ਸੀ, ਨਾ ਕਿਤੇ ਮਲੇਰਕੋਟਲੇ, ਨਾ ਹੋਰ ਇੱਕ ਕਾਲਜ ਇੱਥੇ ਸੀ ਜਾਂ ਲਾਹੌਰ ਸੀ। ਉਹ ਉੱਥੋਂ ਕਾਲਜ ਬਣਿਆ, ਉੱਥੋਂ ਬਹੁਤ ਵਿੱਦਿਆ ਲੈ ਚੁੱਕਾ ਨੇ। ਗਿਆਨੀ ਗੈਲ ਸਿੰਘ ਜਿਹੜਾ ਆਪਣਾ ਪ੍ਰੈਜੀਡੈਂਟ ਰਿਹਾ, ਉਹ ਵੀ ਉੱਥੋਂ ਪੜ੍ਹ ਕੇ ਆਇਆ, ਹੋਰ ਵੀ ਬਹੁਤ ਪੜ੍ਹੇ ਆ। ਅਸੀਂ ਵੀ ਉੱਥੋਂ ਪੜ੍ਹੇ ਹਾਂ, ਅਸੀਂ ਉੱਥੋਂ ਹੀ ਬੂਟੇ ਲਾਏ ਹੋਏ ਹਾਂ, ਅਸੀਂ ਉਹਨਾਂ ਨੂੰ ਹਮੇਸ਼ਾ ਯਾਦ ਰੱਖਦੇ ਹਾਂ ਅਤੇ ਉਹਨਾਂ ਦੀ ਦੇਣ ਅਸੀਂ ਦੇ ਨਹੀਂ ਸਕਦੇ। ਥੋੜ੍ਹਾ ਸਮਾਂ ਮੈਂ ਬਹੁਤ ਲੈ ਲਿਆ, ਗੱਲਾਂ ਕਰਨ ਤਾਂ ਬਹੁਤ ਨੇ, ਪਰ ਇੱਕ ਗੱਲਾਂ ਦੋ ਦਿਨ ਕਹੂੰਗਾ ਹੋਰ। ਇਹ ਤੁਹਾਡੇ ਲਈ ਸੇਵਾ ਕਰਨ ਦਾ ਮੌਕਾ ਹੈ, ਜ਼ਿੰਦਗੀ ਤੁਹਾਡੀ ਸੇਵਾ ਵਾਸਤੇ ਰਹੀ ਹੈ। ਸਮਾਜ ਦੀ ਸੇਵਾ ਕਰੋ, ਜਿੰਨਾ ਤੁਸੀਂ ਆਪਣੇ ਵੱਲੋਂ ਕਰ ਸਕਦੇ ਹੋ ਕਰੋ, ਤੁਸੀਂ ਕਰੋ ਦਸਵੰਧ, ਲੋੜਵੰਦ ਬੰਦਿਆਂ ਤੱਕ ਜਿੱਥੇ ਪਹੁੰਚਾਓ, ਤਾਂ ਤੁਹਾਡੀ ਜਿਹੜੀ ਕਮਾਈ ਹੈ ਉਹ ਤੁਹਾਡੀ ਸਫਲ ਹੋਵੇ। ਸੋ ਇਸ ਕਰਕੇ ਦੂਸਰੀ ਗੱਲ, ਇੱਕ ਤਾਂ ਹਮੇਸ਼ਾ ਮਨ ਦੇ ਵਿੱਚ ਕਾਮਨਾ ਰੱਖਿਓ, ਨਿਮਰਤਾ ਰੱਖਿਓ, ਹਰ ਇੱਕ ਬੰਦੇ ਨੂੰ ਕੋਸ਼ਿਸ਼ ਕਰਿਓ ਮੈਂ ਸਤਿਕਾਰ ਦੇਣਾ, ਪਹਿਲਾਂ ਸਤਿਕਾਰ ਦਿਓ ਅਤੇ ਫਿਰ ਤੁਹਾਨੂੰ ਸਤਿਕਾਰ ਤੁਹਾਡੇ ਮਗਰ ਮਗਰ ਆਊਗਾ। ਸੋ ਗੱਲਾਂ ਦਾ ਬਹੁਤ ਨੇ ਮੇਰੀਆਂ, ਇੰਨੀਆਂ ਤੁਸੀਂ ਗੱਲਾਂ ਸੁਣੀਆਂ ਅਤੇ ਤੁਹਾਨੂੰ ਮੈਨੂੰ ਗੱਲ ਕਰਨ ਦਾ ਮੌਕਾ ਮਿਲਿਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ, ਕਿਉਂਕਿ ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਨਾ, ਔਰ ਇਹ ਵੀ ਇੱਕ ਪੁੰਨ ਦਾ ਕੰਮ ਹੈਗਾ। ਆਪਾਂ ਸੱਤ ਸਮੁੰਦਰੋਂ ਪਾਰ ਧਰਤੀ ਦੇ ਉੱਪਰ ਸਾਰੇ ਜਿੰਨੇ ਇਸ ਪ੍ਰੋਗਰਾਮ ਦੇ ਸੀਨੀਅਰ ਪਾਰ ਕੇ ਜਾਇਜ਼ ਨੇ ਸਾਰੇ, ਇਹ ਉਹਨਾਂ ਦਾ ਦਿਲੋਂ ਮੈਂ ਧੰਨਵਾਦ ਕਰਦਾ, ਕਿਉਂਕਿ ਬਹੁਤ ਵੱਡੀ ਸੇਵਾ ਹੈ। ਸਾਨੂੰ ਇਕੱਠਿਆਂ ਨੂੰ ਇਕੱਠੇ ਕਰਕੇ ਇੱਥੇ ਵਿਖਾਉਂਦੇ ਹਾਂ, ਆਪਾਂ ਇੱਕ ਦੂਜੇ ਨਾਲ ਗੱਲਾਂ ਕਰਦੇ ਹਾਂ ਹਰ ਸਾਲ, ਅਤੇ ਕਿਉਂਕਿ ਦੋ ਦਿਹਾੜੇ ਸ਼ਾਇਦ ਮਨਾਏ ਜਾਂਦੇ ਨੇ ਮਨਸਰੀ ਸਾਹਿਬ ਸ਼ਾਇਦ, ਇੱਕ ਸੰਤ ਬਾਬਾ ਆਦਰ ਸਿੰਘ ਜੀ ਦਾ, ਹਾਂ ਉਹਨਾਂ ਦਾ ਵਰਸੀ ਸਮਾਗਮ ਸਾਰੇ ਮਾਲਟਨ ਗੁਰਦੁਆਰਾ ਸਾਹਿਬ, ਉਹ ਦਿਹਾੜਾ ਸੰਗਰੂਰ ਬਾਰੇ ਸਾਰੇ ਗੱਲ ਕੇ ਮਨਾਉਂਦੇ ਨੇ, ਔਰ ਦੂਸਰਾ ਇਹ ਹੈ ਜਿਹੜਾ ਮਨਾਇਆ ਜਾਂਦਾ ਹੈ। ਬਹੁਤ ਬਹੁਤ ਧੰਨਵਾਦ।
ਦੋ ਸ਼ਬਦ ਮਾਨਸਾ ਸਾਹਿਬ ਮਾਨਸਾ ਜੀ ਤੁਸੀਂ ਵੀ ਸਾਂਝੇ ਕਰੋ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜੀ ਬਾਕੀ ਤੁਹਾਨੂੰ ਹੋਰ ਦੱਸ ਦਈਏ ਇਹ ਮਾਨਸਾ ਜੀ ਆ ਸਾਡਾ ਪੁੱਤਰ ਹੈ ਅਸੀਂ ਕਿਉਂਕਿ ਇਹਨਾਂ ਜਿਹੜਾ ਬਾਪ ਸੀ ਅਸੀਂ ਸਾਰੇ ਇਕੱਠੇ ਰਹੇ ਹਾਂ ਇਕੱਠੇ ਬਹੁਤ ਕੁਛ ਕੀਤਾ ਹੈ ਅਤੇ ਉਹ ਜਦੋਂ ਮੈਨੂੰ ਸਾਹਮਣੇ ਆਏ ਮੇਰੇ ਸਾਹਮਣੇ ਇਹਨਾਂ ਦੀ ਪਿਕਚਰ ਉਹ ਸਾਹਮਣੇ ਆ ਗਈ ਮਾਨਸਾ ਜੀ ਸਾਹਿਬ ਦੀ ਕਿ ਸਾਡੇ ਸਾਹਮਣੇ ਤਾਂ ਉਹੀ ਖੜ੍ਹੇ ਨੇ ਮੈਨੂੰ ਅੱਜ ਉਹ ਮਿਲੇ ਨੇ ਸੋ ਇਸ ਕਰਕੇ ਇੱਧਰ ਅਵਤਾਰ ਸਿੰਘ ਖੜ੍ਹੇ ਨੇ ਦੀਪੀ ਇਹ ਵੀ ਸਾਡਾ ਲੜਕਾ ਹੈਗਾ ਮੇਰਾ ਜੀ ਕੋਈ ਦੂਰ ਨਹੀਂ ਹੈ ਅਤੇ ਇੱਥੇ ਭਜਨ ਸਿੰਘ ਹੈ ਉਹ ਤਾਂ ਉਹ ਵੀ ਸਾਡੇ ਪੁਰਖਾਂ ਤੋਂ ਹੈ ਇਹਨਾਂ ਦੇ ਲੜਕੇ ਇੱਥੇ ਅੱਗੇ ਹੋ ਕੇ ਪੂਰੇ ਕੰਮ ਕਰ ਰਹੇ ਨੇ ਮੈਂ ਇਹਨੂੰ ਸ਼ਾਬਾਸ਼ ਦਿੰਦਾ ਕਿ ਇਹਨਾਂ ਨੇ ਸ਼ੁਰੂ ਕੀਤਾ ਬਿਸਤਰੂਰ ਦਾ ਇਕੱਠ ਕਰਨਾ ਅਤੇ ਉਹ ਇਹਨਾਂ ਨੇ ਕਰਿਆ ਔਰ ਇਹਨਾਂ ਨੂੰ ਅੱਜ ਵੀ ਮੈਂ ਕਹਿ ਰਿਹਾ ਵੀ ਇਹ ਛੱਡਣਾ ਨਹੀਂ ਪੁੱਤਰੋ ਇਹਨੂੰ ਚਾਲੂ ਰੱਖਣਾ ਆਪਣੀ ਇੱਕ ਵਧੀਆ ਸੁਸਾਇਟੀ ਬਣਾ ਲਓ ਕਮੇਟੀ ਬਣਾ ਲਓ ਔਰ ਉਹਦੀ ਮੈਂਬਰਸ਼ਿਪ ਬਣਾ ਲਓ ਪੱਕੇ ਤਾਂ ਕਿ ਉਹ ਮੇਨਟੇਨ ਹੁੰਦਾ ਰਹੇ ਇਹਨਾਂ ਰਹੋ ਦੋ ਤਿੰਨ ਬੰਦੇ ਹੋ ਤੁਸੀਂ ਮੈਂਬਰ ਬਣ ਲਓ ਸਾਡੇ ਸਾਰੇ ਬੰਦੇ ਤਿਆਰ ਨੇ ਔਰ ਕਿ ਪੱਕੇ ਮੈਂਬਰ ਬਣਾ ਲਓ ਤਾਂ ਕਿ ਉਹ ਉਹਨਾਂ ਨਾਲ ਕੁਝ ਕੰਟਰੀਬਿਊਸ਼ਨ ਰੱਖ ਲਓ ਤੁਹਾਨੂੰ ਮਹੀਨੇ ਬਾਅਦ ਜਾਂ ਸਾਲ ਬਾਅਦ ਦਿੰਦੇ ਰਹਿਣਗੇ ਅਤੇ ਤੁਹਾਨੂੰ ਫਾਈਨੈਂਸ਼ੀਅਲ ਦੀ ਕਦੇ ਵੀ ਕਮੀ ਨਹੀਂ ਹੋਊ ਮੇਰੇ ਗਰੰਟੀ ਦੇਣਾ ਸੋ ਇਸ ਕਰਕੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਬੱਚਿਆਂ ਦਾ ਜਿਹੜੇ ਬੱਚੇ ਸਹੀ ਰਸਤੇ ਚੱਲੇ ਹੋਏ ਨੇ ਔਰ ਇਸ ਲਈ ਅੱਗੇ ਚੱਲਦੇ ਰਹਿਣਗੇ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਰੇ ਆਏ ਇੱਥੇ ਐਂਡ ਬਹੁਤ ਬਹੁਤ ਵਧਾਈ ਨਵੀਂ ਬੁੱਕ ਰਿਲੀਜ਼ ਕਰਨ ਲਈ ਇੱਥੇ ਅਗੇਨ ਨਿੱਕੀ ਜੀ ਆਇਆ ਨੂੰ ਅਗੇਨ ਤੁਹਾਨੂੰ ਬਹੁਤ ਬਹੁਤ